ਬਿਲਡਿੰਗ ਦੀ ਅੱਗੋਂ ਰੈਲੀ ਆ ਰਹੀ ਆ, ਰੈਲੀ ਆ ਰਹੀ ਤੇ ਪੁਲਿਸ ਵਾਲੇ ਸਾਨੂੰ ਹਟਾ ਰਹੇ ਸੀ ਸਾਈਡ ਨੂੰ। ਜਦੋਂ ਸਾਈਡ ਨੂੰ ਹਟਾ ਰਹੇ ਅਸੀਂ ਸਾਈਡ ਨੂੰ ਹੋ ਗਏ, ਇਹਨਾਂ ਦਾ ਇੱਕ ਪੁਲਿਸ ਵਾਲਾ ਆਇਆ, ਉਹਨੇ ਚਾਬੀ ਕੱਢ ਲਈ, ਚਾਬੀ ਕੱਢ ਕੇ ਉਹ ਤੁਰ ਪਿਆ ਇੱਧਰ ਨੂੰ। ਜਦੋਂ ਮੈਂ ਚਾਬੀ ਲੈਣ ਗਿਆ, ਉਹਨੂੰ ਹੱਥ ਹੀ ਲਾਇਆ ਜਾ ਕੇ ਉਹਨੇ ਘਸੁੰਨ ਮਾਰਿਆ ਅਤੇ ਮੇਰੀ ਪੱਗ ਲਾ ਦਿੱਤੀ। ਉਹ ਪੱਗ ਲਾਥੀ ਦਾ ਮੈਂ ਰਿਪੋਰਟ ਲਿਖਾਉਣਾ ਆ, ਪੱਗ ਲਾਈ ਉਹ ਨਾਲੇ ਮੈਨੂੰ ਗਾਲਾਂ ਕੱਢੀਆਂ ਉਹਨੇ। ਫਿਰ ਜਦੋਂ ਦੂਜੀ ਵਾਰ ਮੈਂ ਦੂਜਾ ਅਫਸਰ ਇਹਨਾਂ ਦਾ ਆਇਆ, ਦੂਜੇ ਅਫਸਰ ਨੇ ਆਣ ਕੇ ਮੈਨੂੰ ਇਹ ਕਿਹਾ ਵੀ ਤੇਰੇ ਨਾਲ ਦੂਜੀ ਕਾਰਵਾਈ ਕੀਤੀ ਜਾਊਗੀ, ਨਹੀਂ ਤਾਂ ਤੂੰ ਨਿਕਲ ਜਾ ਇੱਥੋਂ। ਧਮਕੀਆਂ ਵੀ ਦਿੱਤੀਆਂ, ਗਾਲ ਮੰਦਾ ਵੀ ਬਹੁਤ ਕੀਤਾ। ਇਨਚਾਰਜ ਕਹਿੰਦਾ ਵੀ ਨਿਕਲ ਜਾ ਇੱਥੋਂ, ਨਹੀਂ ਤਾਂ ਤੇਰੇ ਨਾਲ ਦੂਜੀ ਕਾਰਵਾਈ ਕੀਤੀ ਜਾਊਗੀ। ਪਰ ਮੇਜਰ ਸਿੰਘ ਜੀ ਜਿਹੜੇ 6 ਤਰੀਕ ਨੂੰ ਕਪੂਰਥਲਾ ਬੱਸ ਸਟੈਂਡ ਦੇ ਕੋਲ ਜਾ ਰਹੇ ਸੀ ਆਪਣੀ ਵਾਈਫ ਦੇ ਨਾਲ, ਅਤੇ ਕਪੂਰਥਲਾ ਟ੍ਰੈਫਿਕ ਪੁਲਿਸ ਵਾਲਿਆਂ ਨੇ ਇਹਨਾਂ ਦੇ ਮੋਟਰਸਾਈਕਲ 'ਚ ਚਾਬੀ ਕੱਢੀ, ਔਰ ਆਪਣੀ ਜਦੋਂ ਚਾਬੀ ਲੈਣ ਲੱਗੇ ਉਹਨਾਂ ਨੇ ਇੱਕ ਮੁੱਕਾ ਮਾਰਿਆ ਇਹਨਾਂ ਦੇ ਮੂੰਹ ਦੇ ਉੱਤੇ, ਜਿਹਦੇ ਨਾਲ ਇਹਨਾਂ ਦੀ ਪੱਗ ਜਿਹਨੂੰ ਆਪਾਂ ਆਪਣੀ ਸ਼ਾਨ ਕਹਿੰਦੇ ਹਾਂ, ਸਰਦਾਰੀ ਦੀ ਸ਼ਾਨ, ਉਹਨੂੰ ਥੱਲੇ ਸੁੱਟਿਆ ਇਹਨਾਂ ਨੇ। ਅਤੇ ਜਦੋਂ ਥੱਲੇ ਪੱਗ ਡਿੱਗੀ ਅਤੇ ਇਹਨਾਂ ਨੇ ਉਹਨੂੰ ਚੱਕਿਆ ਅਤੇ ਹੱਥੋਂ ਪਾਈ ਹੋਏ, ਅਤੇ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਹੱਥੋਂ ਪਾਈ ਹੋਏ ਅਤੇ ਕੁਝ ਚਿਰ ਬਾਅਦ ਇਹਨਾਂ ਨੇ ਸੀਨੀਅਰ ਅਫਸਰ ਜਿਹੜੇ ਪੁਲਿਸ ਅਫਸਰ ਜਿਹੜੇ ਜੰਗ ਬਹਾਦਰ ਸ਼ਰਮਾ ਜੀ, ਉਹ ਆਏ ਅਤੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਉਹਨਾਂ ਨੇ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਇੱਥੋਂ ਚੱਲ ਜਾਓ, ਨਹੀਂ ਤਾਂ ਤੁਹਾਡੇ 'ਤੇ ਦੂਸਰੀ ਕਾਰਵਾਈ ਹੋਏਗੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਪੰਜਾਬ ਸਰਕਾਰ ਦੇ ਮਾੜੇ ਰਾਜ ਦੇ ਵਿੱਚ ਇੱਕ ਆਮ ਇਨਸਾਨ ਦੇ ਨਾਲ ਧੱਕਾ ਹੋ ਰਿਹਾ, ਔਰ ਇਹ ਧੱਕਾ ਇਹੋ ਜਿਹਾ ਬਿਲਕੁਲ ਵੀ ਸਾਨੂੰ ਬਰਦਾਸ਼ਤ ਨਹੀਂ ਹੈ, ਇੱਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਗਲਤ ਕਾਰਵਾਈਆਂ ਕਰਨ ਤੋਂ ਆਪਣੇ ਆਪ ਨੂੰ ਰੋਕਣ, ਜਿਹੜੀ ਗੁੰਡਾ ਪੁਲਿਸ ਹੈ ਇਸ ਚੀਜ਼ ਨੂੰ ਨੱਥ ਪਾਈ ਜਾਵੇ।